ਤੇ ਸਿੰਘ ਸਾਹਿਬ ਦਾ ਰਾਜ ਰਸਤਾ ਜਿਹੜਾ ਕਿ ਦਮਦਮੀ ਟਕਸਾਲ ਦਾ ਕਿਸੇ ਨੇ ਦਰਸ਼ਨ ਦਦਾਰੇ ਕਰਕੇ ਹੁਣ ਚਿਹਰਾ ਮੋਹਰਾ ਦੇਖਣਾ ਹੋਵੇ ਤਾਂ ਸਾਧ ਸੰਗਤ ਜੀ ਇਹਨਾਂ ਪਰਿਵਾਰਾਂ ਚ ਦੇਖਿਆ ਜਾ ਸਕਦਾ। ਜਿਹੜੇ ਅਸੀਂ ਥੋਡੇ ਚ ਖੜੇ ਆ ਨਾ, ਅਸੀਂ ਥੋਡੇ ਜਿੰਨਾ ਬਾਜਨ ਨਹੀਂ ਚੱਕ ਸਕਦੇ, ਕੌੜਾ ਸੱਚ ਹੈ। ਅਸੀਂ ਥੋਡੇ ਹਮਦਰਦ ਹੋ ਸਕਦੇ ਹਾਂ, ਪਰ ਜਿਹੜਾ ਨੀਹਾਂ ਦੇ ਵਿੱਚ ਤੁਸੀਂ ਪਰਿਵਾਰਾਂ ਦੇ ਜੀ ਲਾ ਕੇ ਇਸ ਸਥਾਨਾਂ ਨੂੰ ਚੜ੍ਹਦੀ ਕਲਾ ਚ ਰੱਖਿਆ ਹੋਇਆ ਕਿ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੋਇਆ, ਉਤੋਂ ਅਸੀਂ ਤਾਂ ਦੂਰੋਂ ਹੀ ਕਿਵੇਂ। ਅੱਜ ਵੀ ਜਦ ਮੈਂ ਆ ਰਿਹਾ ਸੀ ਸੰਤ ਬਾਬਾ ਜਗਨਾਇਕ ਸਿੰਘ ਖਾਲਸਾ ਪਿੰਡਰਾਲਾ ਦੇ, ਇਹ ਇਕੱਲੇ ਸੰਤਾਂ ਦਾ ਨਾਂ ਹੈ, ਜਦੋਂ ਇਹ ਸਥਾਨ ਤੇ ਆਉਂਦੇ ਆ ਇਸ ਨਗਰ ਨੂੰ ਆਉਂਦੇ ਆ ਨਮਸਕਾਰ ਜਰੂਰ ਧੱਕੇ ਨਾਲ ਹੁੰਦੀ। ਪਰ ਰੋਣ ਉਦੋਂ ਆਉਂਦਾ ਸਾਧ ਸੰਗਤ ਜੀ, ਕੌੜਾ ਸੱਚ ਹੈ ਜਿਹੜਾ ਟਕਸਾਲਾਂ ਦੇ ਸਿੰਘ ਨੇ, ਜਿਹੜੀ ਟਕਸਾਲ ਨੇ ਹਾਕਮ ਨੂੰ ਤਾਂ ਕਦੇ ਖੜ ਨਹੀਂ ਦਿੰਦਾ, ਹਾਕਮ ਨੂੰ ਤਾਂ ਹਮੇਸ਼ਾ ਚਣੇ ਚਵਾਏ ਨੇ। ਚੰਗਿਆਰ ਉਦੋਂ ਨਿਕਲਦੀ ਹੈ ਜਦੋਂ ਇਹ ਸੰਸਥਾਵਾਂ ਦੇ ਵਿੱਚ ਸਰਕਾਰੀ ਇਹਨੂੰ ਸਮਰਥ ਕਰਦੀ। ਹਰੇਕ ਬਨਾਰਾ ਮਾਫ਼ ਕਰਿਓ ਗੁੱਸਾ ਨਾ ਕਰ ਦਿਓ, ਹਰੇਕ ਬਨਾਰਾ ਕਹਿੰਦਾ ਜੀ ਸਾਨੂੰ ਆਏ ਕਹਿੰਦੇ ਨੇ, ਉਹ ਵਿਰੋਧ ਕਹਿਣ ਵਾਲਿਆਂ ਦਾ ਮੂੰਹ ਬੰਦ ਹੋ ਜਾਂਦਾ ਹੁੰਦਾ ਹੈ। ਪਰ ਅਸੀਂ ਸਿੰਘ ਸਾਹਿਬ ਨੂੰ ਪਤਾ ਕਿ ਕਾਲੀ ਦਾੜੇ ਦੇ ਮੌਕੇ ਇਹਨਾਂ ਦੇ ਨੇੜੇ ਆ ਗਏ ਤੇ ਚਿੱਟੀ ਚ ਪ੍ਰਵੇਸ਼ ਕਰਕੇ ਅੱਗੇ ਵਾਲੀ ਮਤਲਬ ਕਿੱਥੇ ਖੜੂ, ਤੇ ਅਸੀਂ ਉਦੋਂ ਇਹਨਾਂ ਤੋਂ ਪਾਸਾ ਵੱਟਿਆ ਜਦੋਂ ਇਹ ਕੁਰਸੀ ਵਾਲਾ ਬਣੂ ਜਾ। ਅੱਜ ਵੀ ਸਿੰਘ ਸਾਹਿਬ ਤੁਹਾਡੇ ਕੋਲ ਤਜਰਬਾ, ਤੁਸੀਂ ਚਾਹੇ ਗੁਰੂ ਨਾਨਕ ਦੇਵ ਜੀ ਦੀ ਅੰਸ ਵੱਸ ਸਮਾਪਾ ਸਾਧਜੋਤ ਸਿੰਘ ਬੇਦੀ ਹੋਣ, ਚਾਹੇ ਹੋਰ ਜਥੇਬੰਦੀਆਂ ਹੋਣ ਜਿਹੜੀਆਂ ਕਿ ਸਰਕਾਰਾਂ ਦੇ ਖੱਜ ਰਕਤੀਆਂ ਨੇ, ਉਂਗਲ ਚੱਕਣੀ ਸੌਖੀ ਨਿਭਣਾ ਬਹੁਤ ਔਖਾ ਹੈ। ਸਾਧ ਸੰਗਤ ਜੀ ਜਿੰਨੀਆਂ ਮੂਵਮੈਂਟਾਂ ਲੜੀਆਂ, ਚਾਹੇ ਬਰਗਾੜੀ ਮੋਰਚਾ ਹੋਵੇ, ਚਾਹੇ ਬਲਾਤਕਾਰੀਆਂ ਸਾਧ ਜਿਹੜੇ ਝੂਠੇ ਸੱਦੇ ਵਾਲਾ ਉਹਦੀਆਂ ਜਵਾਨਤਾ ਦੀ ਗੱਲ ਹੋਵੇ, ਅੱਜ ਗੁਰੂ ਦੀ ਹਜ਼ੂਰੀ ਹੈ, ਕੌੜਾ ਸੱਚ ਹੈ। ਅੱਜ ਵੀ ਕੁਛ ਨਹੀਂ ਵਿਚਰਿਆ, ਜਦੋਂ ਸਿੰਘ ਸਾਹਿਬ ਬੱਬਰ ਸ਼ੇਰ ਬਣ ਕੇ ਆਪਣੀਆਂ ਟੀਮਾਂ ਲੈ ਕੇ ਤੁਰਨਗੇ, ਲੋਕ ਜਕਾਰੇ ਸੜਦੇ ਇਹਨਾਂ ਦੇ ਪਿੱਛੇ ਆਉਣਗੇ। ਕਿਹੜੀਆਂ ਰੋਕਾਂ? ਕਿਸਾਨ ਕੌਣ ਨੇ ਜੀ? ਅਸੀਂ ਉਹ ਆ ਕਿਸਾਨ ਕਿਹੜੇ ਬਾਹਰੋਂ ਆ ਗਏ? ਸਾਡੇ ਪਰਿਵਾਰ ਦੇ ਕਿਸਾਨ ਨੇ, ਸਾਡੇ ਪਰਿਵਾਰ ਦੇ ਖਾਲਸੇ ਨੇ, ਦੂਜੇ ਦਾ ਸਾਡਾ ਭਰਾ ਬੈਠਾ ਸਾਡੇ ਇੱਕ ਜੈਨ ਸਾਹਿਬ, ਹੋਰ ਟੀਮਾਂ ਤਾਂ ਅਸੀਂ ਤਾਂ ਰਾਖੀ ਕਰਦੇ ਕਿੰਨੇ ਕਹਿੰਦੇ ਨੇ ਜੀ। ਗੁਰੂ ਤੇਗ ਬਹਾਦਰ ਹਿੰਦੀ ਚਾਦਰ ਮਹਾਰਾਜ ਨੇ ਸੀਸ ਦਿੱਤਾ, ਕਿਹੜੇ ਬੰਦੇ ਤੇ ਦਿਹਾੜਾ ਮਨਾਇਆ ਜਾ ਰਿਹਾ ਦੱਸੋ, ਮਨਾਉਂਦਾ ਕੋਈ? ਇਹ ਤਾਂ ਜਿਹੜਾ ਤੁਹਾਡਾ ਟਾਈਮ ਤੁਹਾਨੂੰ ਇੱਕ ਸੇਵਾ ਦਿੱਤੀ ਹੈ, ਆਪਾਂ ਨੂੰ ਕਰਨੀ ਪੈਣੀ ਹੈ। ਜੇ ਸਰਬੱਤ ਖਾਲਸਾ ਕਰਿਆ ਉਹ ਤਾਂ ਸਿੰਘ ਸਾਹਿਬ ਬਣਾਏ, ਜਥੇ ਦਾ ਜਗਪਾਲ ਸਿੰਘ ਜੀ ਹਵਾਰਾ ਅਪਰਾਧ ਨਾ ਕਰਿਆ ਕਰੋ, ਉਹ ਕਿਤੋਂ ਬਾਹਰੋਂ ਨਹੀਂ ਲਿਆਂਦਾ ਵੀ ਪਾਕਿਸਤਾਨ ਨਹੀਂ ਬਣਾ ਲਿਆ ਸੀ, ਤੁਹਾਡੇ ਹੀ ਨੇ, ਤੁਹਾਡੇ ਪਰਿਵਾਰਾਂ ਦੀ ਤਾਰੀਖ ਕੁਰਬਾਨੀ ਵਾਲੇ ਨੇ। ਮੈਂ ਕਹਿੰਦਾ ਨਾ ਇੱਕ ਦਾ ਨਾ ਲਓ, ਸਾਰਿਆਂ ਦਾ ਜਪ ਲਓ, ਪਰ ਬੀਓ ਉਹਨਾਂ ਨੂੰ ਛਡਾਓ ਤੇ ਉਹਨਾਂ ਦੇ ਪਰਿਵਾਰਾਂ ਦੀ ਸੰਭਾਲ ਤੁਸੀਂ ਕਰਨੀ ਹੈ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਗਿਣਤੀ ਦੇ, ਗਿਣਤੀ ਦੇ ਨਾ ਖਲਾਰਾ ਪਾਇਆ ਕਰੋ ਨਾ, ਗਿਣਤੀ ਦੇ ਤਾਂ ਪੁੱਛੋ ਚਾਹੇ ਮੌਜੂਦਾ ਧਾਮੀ ਹੈ ਵੀ ਦੱਸ ਬਈ ਵੀ ਉਹਨਾਂ ਨੇ ਕਿਹੜੀਆਂ ਜਾਇਦਾਦਾਂ ਬਣਾਈਆਂ ਜਿਹੜੇ ਪਰਿਵਾਰਾਂ ਦੇ ਜੀ ਅੰਦਰ ਉੱਡਦੇ ਨੇ, ਕਿਉਂ ਵੀ ਉਹਨਾਂ ਦੀ ਸਾਰ ਲੈਂਦੇ ਤੁਸੀਂ? ਆਪਾਂ ਦਿੱਲੀ ਦੇ ਤਖ਼ਤ ਪਰ ਦਾ ਜਾਣਨਾ ਖੁਸ਼ ਹੁੰਦਾ, ਮੈਂ ਬਹੁਤ ਨੂੰ ਕਿਹਾ ਸੀ ਕਿ ਆਹ ਛੋਟੀਆਂ ਸਰਕਾਰਾਂ ਨਾਲ ਲੜੀ ਲੈਂਦੇ, ਟੱਕਰ ਉੱਥੇ ਲੈਣੀ ਪੈਣੀ ਆ, ਰਿਜ਼ਲਟ ਉੱਥੋਂ ਆਉਣਾ। ਇਸੇ ਤਰ੍ਹਾਂ ਜਿਹੜੇ ਮਲਾਈ ਸਕਦੇ ਨੇ ਮੌਜਰਾਂ, ਹੁਣ ਸੁਖਬੀਰ ਨੂੰ ਵੀ ਚੱਕਣ ਲੱਗ ਗਏ ਚੈਨਲ ਨਾਲ ਮੀਡੀਆ ਵਾਲੇ ਪੈਸੇ ਕਰਕੇ, ਇਹਨਾਂ ਨੂੰ ਵੀ ਜਵਾਬ ਦੇ ਬਣਾ ਕੇ ਰੱਖਣਾ ਪੈਣਾ ਗੁਰੂ ਪਿਆਰਿਓ, ਤਾਂ ਤੁਸੀਂ ਧਰਮੀ ਹੋ। ਸਾਨੂੰ ਤਾਂ ਜਿੰਨੇ ਯੋਗ ਆ ਸਿੰਘ ਸਾਹਿਬ ਕਦੇ ਅੱਗੇ ਵੀ ਤੁਹਾਨੂੰ ਦਰ ਬੰਦ ਕਰੇ, ਹੁਣ ਵੀ ਬੰਦ ਕਰਾਂਗੇ, ਚੜ੍ਹਦੀ ਕਲਾ ਨਾਲ ਤੁਹਾਡੇ ਨਾਲ ਚੱਲਾਂਗੇ। ਜੇ ਤੁਸੀਂ ਨਾਉ ਨੂੰ ਪਹੁੰਚੋਗੇ ਤੁਹਾਡੇ ਪੂਰੇ ਜਿੱਥੇ ਧਰਨਾ ਲਾਉਣਾ ਹੈ ਤੁਹਾਡੇ ਨਾਲ ਬੈਠਾਂਗੇ, ਪਿੱਠ ਨਹੀਂ ਦਿਖਾਵਾਂਗੇ। ਜਦੋਂ ਕਹਿ ਦਿੰਦੇ ਮਹਾਰਾਜ ਜੀ
ਹਜ਼ੂਰੀ ਚ ਫਿਰ ਨਿਭ ਜਾਂਦੇ ਆ ਨਿਭਰ ਦੇ ਰਹੀਓ ਗੁਰੂ ਸੀਰਵਾਦ ਅੱਗੇ ਇੰਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।